इटली सरकार वालों भारतीय उड़ाणा ते लाई पाबंदी नूं हटाउण अते दोहां देशां विच हवाई आवाजाई नूं मुड़ तों बहाल करवाउण लई इटली विच भारतीय राजदूत श्रीमती नीना मल्होत्रा वालों विशेष उपराले कीते जा रहे ने। ਉਹ ਜ਼ੂਮ ਮੀਟਿੰਗਾਂ ਰਾਹੀਂ ਇਟਲੀ ਦੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਬਣਾ ਰਹੇ ਨੇ। ਇੰਡੀਆ ਵਿੱਚ ਫਸੇ 8000 ਦੇ ਕਰੀਬ ਭਾਰਤੀਆਂ ਨੂੰ ਮੁੜ ਤੋਂ ਇਟਲੀ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੰਦਿਆਂ ਨੀਨਾ ਮਲਹੋਤਰਾ ਨੇ ਇੱਕ ਆਨਲਾਈਨ ਮੀਟਿੰਗ ਰਾਹੀਂ ਦੱਸਿਆ ਕਿ ਦੇਸ਼ ਦੇ ਨਾਗਰਿਕਾਂ ਦੀ ਹਰ ਮੁਸ਼ਕਲ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਚਿੰਤਤ ਨੇ। ਮੀਟਿੰਗ ਵਿੱਚ ਮੌਜੂਦ ਇਟਾਲੀਅਨ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਆਗੂਆਂ ਨੇ ਆਖਿਆ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕੁਝ ਦਿਨਾਂ ਲਈ ਭਾਰਤ ਗਏ ਸਨ ਪਰ ਕਰੋਨਾ ਨੂੰ ਵੇਖਦੇ ਹੋਏ ਉਡਾਣਾਂ ਤੇ ਲੱਗੀ ਗਈ ਪਾਬੰਦੀ ਕਾਰਨ ਉਹ ਉੱਥੇ ਫਸ ਗਏ। ਇਸ ਲਈ ਉਹਨਾਂ ਨੂੰ ਵਾਪਸ ਇਟਲੀ ਆਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਇਸ ਰੋਕ ਦੇ ਕਾਰਨ ਛੋਟੇ ਛੋਟੇ ਬੱਚਿਆਂ ਦੀ ਪੜ੍ਹਾਈ ਦਾ 1 ਸਾਲ ਖਰਾਬ ਹੋ ਜਾਣ ਦਾ ਖਦਸ਼ਾ ਹੈ।